ਮਿੱਠੀ ਤੁਨ ਰਵਾਬ ਦੀ ਬੋਤਲ ਕੋਲ ਸ਼ਰਾਬ ਦੀ ਖਾਤਰ ਮੈਂ ਨਵਾਬ ਦੀ ਬਾਰਿਸ਼ ਕਰਾਂ ਸ਼ਬਾਬ ਦੀ ਓ ਤਬਲੇ ਦੀ ਤਾਨ ਓ ਮੇਰੇ ਸੋਹਣੇ ਮਾਨ ਸਾਰੀ ਰਾਤ ਨਚਾਂ ਮੈਂ ਅਗਵਾਗ ਮਚਾਂ ਮੇਰੇ ਪੈਰਾਂ ਵਿੱਚ ਕੁੰਗਰ ਬਣਾ ਦੇ ਨਚ ਨਚ ਧਰਤੀ ਹਿਲਾ ਦੇ ਮਾਵੇਂ ਮੈਨੂੰ ਲਹਿੰਗਾ ਚੋਲੀ ਸਵਾ ਦੇ ਸੰਗੀਤ ਦੀ ਦੁਨੀਆ 'ਚ ਕਈ ਕਲਾਕਾਰ ਇਸ ਤਰ੍ਹਾਂ ਆਉਂਦੇ ਨੇ ਕਿ ਇੱਕਦਮ ਅਸਮਾਨ ਦੀਆਂ ਬੁਲੰਦੀਆਂ ਨੂੰ ਛੋਹਣ ਲੱਗ ਪੈਂਦੇ ਨੇ। ਕਈ ਲੋਕ ਸਮਝਿੰਦੇ ਨੇ ਕਿ ਕਿਸਮਤ ਹੈ ਪਰ ਦਰਅਸਲ ਹਜ਼ਾਰਾਂ ਘੰਟਿਆਂ ਦੀ ਮਿਹਨਤ, ਹਜ਼ਾਰਾਂ ਘੰਟਿਆਂ ਦਾ ਰਿਆਜ਼ ਉਸ ਚੜ੍ਹਾਈ ਦੇ ਪਿੱਛੇ ਹੁੰਦਾ ਹੈ। ਗੱਲ ਸਿਰਫ ਗਾਉਣ ਦੀ ਨਹੀਂ ਬਲਕਿ ਗੀਤ ਲਿਖਣ ਜਾਂ ਗੀਤ ਨੂੰ ਚੁਣਨ ਦੀ ਵੀ ਹੈ। ਗੀਤ ਤੇ ਸ਼ਬਦ ਕੀ ਨੇ? ਸਰਲ ਗੀਤ ਅਕਸਰ ਲੋਕਾਂ ਦੇ ਦਿਲ 'ਚ ਖੁੱਭ ਜਾਂਦੇ ਨੇ ਅਤੇ ਵਰਿਆਂ-ਵੰਦੀ ਯਾਦ ਰਹਿੰਦੇ ਨੇ। ਡਾਈ ਹਾਰਡ ਗੀਤ ਹੁੰਦੇ ਨੇ ਇਹ। ਇਸੇ ਤਰ੍ਹਾਂ ਦੇ ਕਲਾਕਾਰ ਹੁਣੇ-ਹੁਣੇ ਮਾਰਕੀਟ ਚ ਆਏ ਨੇ ਬੱਬੂ ਮਾਨ ਬੱਬੂ ਮਾਨ ਨੂੰ ਸਥਾਪਿਤ ਹੋਣ ਚ ਬਹੁਤ ਘਟ ਸਮਾਂ ਲੱਗਿਆ ਔਰ ਇੱਕਦਮ ਇਹਨਾਂ ਦੇ ਇੱਕ ਦੋ ਗੀਤਾਂ ਨੇ ਹੀ ਪਿੰਡ ਪਹਿਰਾ ਲੱਗਦਾ ਵੇ ਇਸ ਨੇ ਇਹਨਾਂ ਨੂੰ ਗਾਉਣ ਵਾਲਿਆਂ ਦੀ ਮੂਰਲੀ ਕਿਤਾਰ ਚ ਲਿਆ ਕੇ ਖੜਾ ਕਰ ਦਿੱਤਾ ਅੱਜ ਦੀ ਗੱਲਬਾਤ ਕਰਵਾਉਣੇ ਆ ਬੱਬੂ ਮਾਨ ਨਾਲ ਬੱਬੂ ਬੜੀ ਮਿਹਰਬਾਨੀ ਤੁਸੀਂ ਫੁਰਸਤ ਕੱਢੀ ਜੀ ਬੜੇ ਰੁਝੇਵੇਂ ਨੇ ਤੁਹਾਡੇ ਜੀ ਆਇਆਂ ਸ਼ੁਕਰ ਹੈ ਭਾਈ ਮੇਰੀ ਖੁਸ਼ਕਿਸਮਤੀ ਤੁਸੀਂ ਬੁਲਾਇਆ ਪਿਆਰ ਨਾਲ ਮੈਂ ਪਜਾਇਆ ਬਹੁਤ ਸਾਰੇ ਹਜ਼ਾਰਾਂ ਦੀ ਤਰ੍ਹਾਂ ਤੁਹਾਡੇ ਫੈਨ ਨੇ ਜੀ ਨੌਜੋਨ ਮੁੰਡੇ ਕੜੀਏ ਖਾਸ ਗਰੁੱਪ ਹੈ ਤੁਹਾਡੇ ਫੈਨਸ ਆ ਉਹ ਜ਼ਰੂਰ ਜਾਨਣਾ ਚਾਹਣਗੇ ਕਿ ਤੁਹਾਡਾ ਪਿਛੋਕੜ ਕੀ ਆ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿੱਥੇ ਪੜ੍ਹੇ ਹੋ ਮੇਰਾ ਪਿੰਡ ਬਾਜੀ ਖੰਡ ਮਾਨਵਰ ਲੁਧਿਆਣਾ ਚੰਡੀਗੜ੍ਹ ਰੋਡ ਤੇ ਹੈ ਜਿੱਥੇ ਐਸਪੀਐਲ ਦੋ ਨਹਿਰਾਂ ਇਕੱਠੀਆਂ ਉਹਦੇ ਨਾਲ ਹੀ ਹੈ ਤੇ ਸਕੂਲਿੰਗ ਪਿੰਡ ਤੋਂ ਕੀਤੀ ਫਿਰ ਉਹਦੇ ਬਾਅਦ ਮੈਂ ਗ੍ਰੈਜੂਏਸ਼ਨ ਚੰਡੀਗੜ੍ਹ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਿਸਟਰੀ ਐਮਏ ਫਿਰ ਐਮਏ ਉਰਦੂ ਨਾਲ ਨਾਲ 뮤직 ਦੀ ਟ੍ਰੇਨਿੰਗ ਵੀ ਲੈਂਦਾ ਰਿਹਾ ਹੌਬੀ ਕਲਾਸਿਸ ਵੀ ਕਰਦਾ ਰਿਹਾ ਚੱਲਦਾ ਰਿਹਾ ਸ਼ੌਕ ਹੁਣ ਇੱਕ ਗਾਉਣ ਵਾਲਿਆਂ ਦੀ ਦੁਨੀਆ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਜੀ ਕਿ ਰਿਆਜ਼ ਬੜਾ ਲਾਜ਼ਮੀ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਰਿਆਜ਼ ਬਹੁਤ ਜ਼ਰੂਰੀ ਹੈ ਭਾਜੀ ਪਰ ਜਿਵੇਂ ਕਹਦੇ ਨੇ ਨਾ ਵੀ ਮੇਰੇ ਖਿਆਲ ਚ ਗਾਉਣਾ ਮਨ ਦੀ ਮੋਜ ਹੈ ਰਿਆਜ਼ ਦਾ ਕੋਈ ਟਾਈਮ ਨਹੀਂ ਹੋ ਸਕਦਾ ਕਿਸੇ ਟਾਈਮ ਵੀ ਕੀਤਾ ਜਾ ਸਕਦਾ ਰਿਆਜ਼ ਕਰਨ ਨਾਲ ਕੰਨ ਰਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਚੀਜ਼ ਨੂੰ ਮੂੰਹ ਚ ਗੁੰੰਗਣਾਉਣਾ ਉਹ ਚੀਜ਼ ਦਾ 24 ਘੰਟੇ ਤੁਹਾਡੇ ਦਿਮਾਗ ਚ ਰਹਿਣਾ ਵੀ ਉਹ ਗਾਣਾ ਕਿਦਾਂ ਉਹ ਕੰਪੋਜੀਸ਼ਨ ਕਿਦਾਂ ਇਹ ਨੇ ਵੀ ਸਵੇਰੇ 8 ਤੋਂ 9 ਤੱਕ ਇੱਕ ਜਿੱਦਾਂ ਅੱਜਕੱਲ ਮਟੀਰੀਲਿਸਟਿਕ ਚੀਜ਼ਾਂ ਹੋ ਗਈਆਂ ਵੀ ਹਰ ਚੀਜ਼ ਆਇਆ ਤੇ ਇੱਕ ਘੰਟਾ ਲਾਇਆ ਉਹਦੇ ਬਾਅਦ ਰਿਆਸ ਖਤਮ ਹੋ ਗਿਆ ਰਿਆਸ ਤਾਂ 24 ਘੰਟੇ ਚੱਲਦਾ ਰਹਿੰਦਾ ਇੱਕ ਜ਼ਮਾਨਾ ਸੀ ਜੀ ਵੀ ਨੱਚਣ ਗਾਉਣ ਨੂੰ ਖਾਸ ਤੌਰ ਤੇ ਗਾਉਣ ਨੂੰ ਕੋਈ ਇੱਜ਼ਤਦਾਰ ਪੇਸ਼ਾ ਨਹੀਂ ਸੀ ਸਮਝਿਆ ਜਾਂਦਾ ਦਿਨ ਬਦਲ ਰਹੇ ਨੇ ਬਦਲ ਗਏ ਨੇ ਹਾਲੇ ਵੀ ਪਰ ਕੁਝ ਪਰਿਵਾਰਾਂ ਦੇ ਵਿੱਚ ਮਾਪੇ ਇਹ ਨਹੀਂ ਚਾਹੁੰਦੇ ਕਿ ਸਾਡਾ ਮੁੰਡਾ ਇਸ ਤਰ੍ਹਾਂ ਗਾਉਣ ਵਾਲਾ ਬਣੇ ਸਟੇਜਾਂ ਤੇ ਚੜਕੇ ਨੱਚੇਗਾ ਵੀ ਲੋਕਾਂ ਦੇ ਤੁਹਾਡੇ ਕਰਦਿਆਂ ਦਾ ਕੀ ਰਿਐਕਸ਼ਨ ਹੈ ਪੇਰੈਂਟਸ ਮੇਰੇ ਬਹੁਤੇ ਸਹਿਮਤ ਨਹੀਂ ਜੀ ਇਹਦੇ ਨਾਲ ਹੁਣ ਤਾਂ ਮਤਲਬ ਜਦੋਂ ਬੰਦਾ ਹਾਰ ਜਾਂਦਾ ਬਾਜੀ ਉਦੋਂ ਕਹਿੰਦਾ ਵੀ ਚੱਲ ਠੀਕ ਐ ਐਡੀ ਵੀ ਕਿਹੜੀ ਗੱਲ ਪਰ ਸਾਥ ਨਹੀਂ ਦਿੱਤਾ ਸਾਥ ਜਾਂ ਪਰਮਾਤਮਾ ਨੇ ਦਿੱਤਾ ਜਾਂ ਦੋਸਤਾਂ ਮਿੱਤਰਾਂ ਨੇ ਜਾਂ ਫਿਰ ਆਪਣਾ ਜੋਰ ਜ਼ਬਰਦਸਤੀ ਮਿਹਨਤ ਅਕਸਰੇ ਹੁੰਦਾ ਜੀ ਕਿ ਜਿਹੜੇ ਗੀਤ ਕੋਈ ਹੋਰ ਲਿਖਦਾ ਤੇ ਗਾਉਣ ਵਾਲਾ ਕੋਈ ਹੋਰ ਹੁੰਦਾ ਕਿਤੇ ਕਿਤੇ ਸੁਮੇਲ ਆ ਜਿੱਥੇ ਸੁਮੇਲ ਆ ਉੱਥੇ ਜੀ ਕੜੱਚ ਕੁੰਡੀ ਫਸਦੀ ਐ ਅ ਬੜੀ ਖੁਸ਼ਕਿਸਮਤੀ ਐ ਮੇਰਾ ਖਿਆਲ ਸੁਣ ਵਾਲਿਆਂ ਦੀ ਵੀ ਕਿ ਤੁਸੀਂ ਗੋਂਦੇ ਵੀਓ ਤੇ ਲਿਖਦੇ ਵੀ ਆਪਣੇ ਕਿਤਾਬੋਂ ਇਹਦੇ ਪਿੱਛੇ ਕੀ ਪ੍ਰੇਰਣਾ ਗੀਤ ਕਿਵੇਂ ਲਿਖਦੇ ਹੋ ਕੀ ਉੱਤਰਦਾ ਗੀਤ ਜਾ ਕੇ ਕਲਮ ਲੈ ਕੇ ਬੈਠ ਚੰਨੇ ਹੋ ਤੇ ਕੋਸ਼ਿਸ਼ ਕਰਦੇ ਰਹਿੰਦੇ ਹੋ ਭਾਜੀ ਕਦੇ ਵੀ ਕੋਈ ਗੀਤ ਬੈਠ ਕੇ ਨਹੀਂ ਲਿਖਿਆ ਮੈਂ ਮੈਂ ਤਾਂ ਇਹਨਾਂ ਡਰਾਈਵਿੰਗ ਕਰਦੇ ਸਮੇਂ ਦਿਮਾਗ ਚਾਉਂਦਾ ਜਾਂ ਫਿਰ ਜਦੋਂ ਮੈਂ ਪਿੰਡ ਜਾਣਾ ਕਿਉਂਕਿ ਮੇਰਾ ਪਿੰਡ ਮੇਰੇ ਹੌਸਟਲ ਤੋਂ ਜ਼ਿਆਦਾ ਦੂਰ ਨਹੀਂ 35 ਕਿਲੋਮੀਟਰ ਤੇ ਜਦੋਂ ਵੀ ਫਿਰ ਮੇਰਾ ਦਿਲ ਕਰਦਾ ਫਿਰ ਪਿੰਡ ਚਲਾ ਜਾਣਾ ਉਹ ਖੇਤਾ ਖੂਤਾ ਨੂੰ ਵੇਖ ਕੇ ਨੇਚਰਲ ਆ ਜਾਂਦਾ ਗੀਤ ਇੱਕੋ ਵਾਰੀ ਚ ਲਿਖ ਦਿੰਦਾ ਰੁਕਿਆ ਨਹੀਂ ਕਦੇ ਹਮਮ ਮੰਨ ਕਦੀ ਇਹ ਵੀ ਨਹੀਂ ਸੋਚਿਆ ਮੈਂ ਗਾਣਾ ਲਿਖਣਾ ਇਦਾਂ ਅਚਾਨਕ ਹੀ ਕੋਈ ਸਿਚੁਏਸ਼ਨ ਆਉਂਦੀ ਹੈ ਤੇ ਉਹ ਗਾਣਾ ਲਿਖ ਹੋ ਜਾਂਦਾ ਬੱਬੂ ਤੁਹਾਡਾ ਇੱਕ ਗੀਤ ਹੈ ਜਿਹੜਾ ਅੱਜ ਕੱਲ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਰਾਤੀ ਮਿਲਣਾ ਨਹੀਂ ਵੇ ਪਿੰਡ ਪਹਿਰਾ ਲੱਗਦਾ ਹੈ ਦੇਖੀ ਐਵੇਂ ਨਾ ਵੱਡਿਆ ਜਾਈਂ ਵੇ ਪਿੰਡ ਪਹਿਰਾ ਲੱਗਦਾ ਹਾਂਜੀ ਇਸ ਗਾਣੇ ਨੂੰ ਤੁਸੀਂ ਕਿਸ ਸੋਚ ਤੇ ਕਿਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ ਤੁਹਾਡੇ ਨਾ ਵਾਪਰੀ ਹੋਈ ਗੱਲ ਹੈ ਜਾਂ ਕਿ ਕਿਸੇ ਹੋਰ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਨਹੀਂ ਬਿਲਕੁਲ ਵਾਪਰੀ ਹੈ ਬਿਲਕੁਲ ਸਚਾਈ ਹੈ ਜੀ ਇਹ ਹਮਮ ਵਾਕੀ ਗਾਣਾ ਕੋਈ ਜ਼ਰੂਰੀ ਨਹੀਂ ਵੀ ਕੁੜੀ ਲਈ ਲਿਖਿਆ ਜਾਂਦਾ ਕਿਉਂਕਿ ਸੂਫੀ ਕਾਵ ਸਾਰਾ ਪ੍ਰਮਾਤਮਾ ਲਈ ਹੋਇਆ ਹੋ ਸਕਦਾ ਆਪਣੀ ਰੂਹ ਦੀ ਖਰਾਕ ਲਈ ਹੋ ਮੇਰਾ ਪਿੰਡ ਬਹੁਤ ਨੇੜੇ ਸੀ ਜਦੋਂ ਵੀ ਮੇਰਾ ਕਿਤੇ ਦਿਲ ਕਰਦਾ ਮੈਂ ਪਿੰਡ ਚਲੇ ਜਾਂਦਾ ਹੁਣ ਵੀ ਮੇਰੇ ਦੋਸਤ ਮਿੱਤਰ ਉਹਨੇ ਰਾਤ ਨੂੰ ਜਦੋਂ ਖਾੜਗੁਵਾ ਦਾ ਟਾਈਮ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਨੇ ਵੀ ਸੀ ਪਿੰਡ ਚਲੇ ਜਾਂਦੇ ਆਮ ਰੁਟੀਨ 'ਚ ਵੀ ਰੋਟੀ ਖਾਣੀ ਦਾ ਘਰੇ ਖਾ ਕੇ ਉਹਨਾਂ ਜੀ ਸਾਗ ਆ ਕਰਨ ਸਰਦੀ ਦੇ ਦਿਨ ਸੀ ਤੇ ਸਾਡੇ ਪਿੰਡ ਪਹਿਰਾ ਲੱਗਦਾ ਹੁੰਦਾ ਸੀ ਤਾਂ ਫਿਰ ਅਸੀਂ ਰਾਤ ਨੂੰ ਉੱਥੇ ਅੱਗ ਉਹ ਗਵਾਲ ਕੇ ਸਾਰੇ ਬੈਠ ਜਾਂਦੇ ਸੀ ਪਿੰਡ ਦੇ ਨਾਲ ਪੰਜ ਸੱਤ ਦੋਸਤ ਹੁੰਦੇ ਸੀ ਬਸ ਉਹ ਸਿਚੁਏਸ਼ਨ ਦੇਖ ਕੇ ਗਾਣਾ ਦਿਮਾਗ 'ਚ ਆਇਆ ਤੇ ਉਹ ਗਾਣਾ ਵੈਰੀ ਇਸ ਕੀ ਦਾ ਮੁਖੜਾ ਸਾਡੇ ਵੇਖਣ ਵਾਲਿਆਂ ਤੇ ਸੁਣਨ ਵਾਲਿਆਂ ਨਾਲ ਸਾਂਝਾ ਕਰ ਸਕਦੇ ਹਾਂ ਜੀ ਜ਼ਰੂਰ ਇਰਸ਼ਾਦ ਜ਼ਰੂਰ ਮੇਰੀ ਗੱਲ ਸੁਣ ਹਾਨੀਆਂ ਤੇਨੂੰ ਵਾਸਤੇ ਮੈਂ ਪੋਨੀਆ ਮੇਰੀ ਗੱਲ ਸੁਣ ਹਾਨੀਆਂ ਤੈਨੂੰ ਵਾਸਤੇ ਮੈਂ ਪੋਨੀਆ ਮੇਰੀ ਇੱਕ ਗੱਲ ਸੁਣਦਾ ਮੇਰੀ ਇੱਕ ਗੱਲ ਸੁਣਦਾ ਜਾਈ ਓਏ ਉਹ ਪਿੰਡ ਪੈਰਾ ਲੱਗਦਾ ਰਾਤੀਂ ਮੈਂ ਲੈਣ ਆਈ ਓਏ ਉਹ ਪਿੰਡ ਪੈਰਾ ਲੱਗਦਾ ਐਵੇਂ ਨਾ ਵੱਢਿਆ ਜਾਈ ਓਏ ਉਹ ਪਿੰਡ ਪੈਰਾ ਲੱਗਦਾ ਵਾਜੀ ਭਾਵੇਂ ਜੀ ਤੁਹਾਡੀ ਸਥਾਪਤੀ ਇਸ ਗੀਤ ਨਾਲ ਹੀ ਹੋਈ ਹੈ ਔਰ ਬਹੁਤ ਵਧੀਆ ਗੀਤ ਹੈ ਬੜਾ ਹਰਮਨ ਪਿਆਰਾ ਹੈ ਪਰ ਲਹਿੰਗਾ ਚੋਲੀ ਸਵਾਦੇਵੇਂ ਮੇਰਾ ਖਿਆਲ ਆ ਕਿ ਇਸ ਤੋਂ ਬਿਹਤਰ ਗੀਤ ਹੈ ਤੁਸੀਂ ਉਸ ਦਾ ਮੁਖੜਾ ਸੁਣਾ ਸਕਦੇ ਹੋ ਆਦਿ ਮੈਂ ਤੁੜੀਆਂ ਲੈਣਾ ਸੁਣਾਉਣਾ ਮਿੱਠੀ ਤੁਨ ਰਬਾਬ ਦੀ ਬੋਤਲ ਕੋਲ ਸ਼ਰਾਬ ਦੀ ਖਾਤਰ ਮੈਂ ਨਵਾਬ ਦੀ بارش ਕਰਾਂ ਸ਼ਬਾਬ ਦੀ ਓ ਤਬਲੇ ਦੀ ਤਾਨ ਓ ਮੇਰੇ ਸੋਹਣੇ ਮਾਨ ਸਾਰੀ ਰਾਤ ਨਚਾਂ ਮੈਂ ਅਗਵਾਗ ਮਚਾਂ ਮੇਰੇ ਪਹਿਰਾ ਵਿੱਚ ਕੁੰਗਰ ਬਣਾ ਦੇ ਨੱਚ-ਨੱਚ ਤਰਤੀ ਹਿਲਾ ਦੇ ਮਾਵੇ ਮੈਨੂੰ ਲਹੰਗਾ ਚੋਲੀ ਸਵਾ ਦੇ ਨੱਚ-ਨੱਚ ਤਰਤੀ ਹਿਲਾ ਦੇ ਮਾਵੇ ਮੈਨੂੰ ਲਹੰਗਾ ਚੋਲੀ ਸਵਾ ਦੇ ਸੁਣ ਜਾਣੀਆਂ ਹੋ ਮੇਰੇ ਰਾਣੀਆ ਹੋ ਦਿਲ ਜਾਣੀਆਂ ਤੂੰ ਮੇਰਾ ਰਾਜਾ ਸਹੀ ਮੈਂ ਤੇਰੀ ਰਾਣੀਆ ਵਾਜੀ ਵਾ ਮਿਹਰਬਾਨੀ ਜਨਾਬ 뮤직 ਵੇਵ ਨੂੰ ਤੁਹਾਨੂੰ ਗੁੱਡ ਲੱਕ ਤੇ ਚਾਹੁੰਦੇ ਆ ਕਿ ਇੱਕ ਸਤਾਰੇ ਇਤਨਾ ਤੁਸੀਂ ਹਮੇਸ਼ਾ ਚਮਕੋ ਥੈਂਕ ਯੂ ਵੈਰੀ ਮੱਚ thank you buddy